ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਭਾਈ ਗੁਰਬਾਜ ਮਲੀ, ਤੁਸੀਂ ਵੇਖ ਰਹੇ ਖਰਾਣੇ ਵਾਲੇ ਵਲੌਗਸ, ਅਤੇ ਅੱਜ ਆਪਾਂ ਇੱਕ ਹੋਰ ਨਵਾਂ ਵਲੌਗ ਤੁਹਾਡੇ ਲਈ ਵਧੀਆ ਲੈ ਕੇ ਆਏ ਹਾਂ। ਅਤੇ ਅੱਜ ਦਾ ਵਲੌਗ ਹੈਗਾ ਸਵੀਲ ਉੱਤੇ। ਆਹ ਵੇਖੋ ਜੀ, ਆਪਣੇ ਸ਼ੈੱਡ ਪੈ ਰਹੇ ਇੱਥੇ ਆਪਣੇ, ਅਤੇ ਗੁਰਦੁਆਰੇ, ਅਤੇ ਬਸ ਚੱਲੀ ਜਾਂਦੀ, ਮੱਥਾ ਟੇਕਣ ਆਏ ਸੀਗੇ। ਆਹ ਵੇਖਿਓ ਜੀ, ਆਪਣੇ ਗੁਰਦੁਆਰੇ ਸਾਹਿਬ 'ਤੇ ਲੰਗਰ ਹਾਲ ਬਣ ਰਿਹਾ ਖਰਾਣੇ ਵਾਲੇ ਗੁਰਦੁਆਰੇ ਸਾਹਿਬ 'ਤੇ। ਅਤੇ ਆਹ ਵੇਖੋ ਆਪਣਾ ਫਰੰਟ, ਇਹੋ ਜਿਹਾ ਕੋਈ ਲੁੱਕ ਆਉਂਦਾ ਗੁਰਦੁਆਰੇ ਜੀ ਦਾ। ਅਤੇ ਗਰਮੀ ਬਹੁਤ ਆ, ਕੰਮ ਚੱਲੀ ਜਾਂਦਾ ਬਾਈ। ਅੱਜ ਵਾਲਾ ਦਿਨ ਹੁੰਦਾ ਸਭ ਤੋਂ ਗਰਮੀ ਵਾਲਾ ਦਿਨ, ਸਭ ਤੋਂ ਮਤਲਬ ਸਮਰ 'ਚ ਸਭ ਤੋਂ ਗਰਮੀ ਜ਼ਿਆਦਾ ਅੱਜ ਵਾਲੇ ਦਿਨ ਹੁੰਦੀ ਆ, ਕਿਉਂਕਿ ਅੱਜ ਸ਼ਹੀਦੀ ਦਿਨ ਹੁੰਦਾ, ਬਾਬਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਸ਼ਹੀਦੀ ਵਾਲਾ ਦਿਨ ਹੁੰਦਾ। ਅਤੇ ਤੱਤੀ ਤਵੀ ਉੱਤੇ ਬਿਠਾਇਆ ਗਿਆ ਸੀ, ਮੁਗਲਾਂ ਨੇ ਬਿਠਾਇਆ ਸੀਗਾ ਤੱਤੀ ਤਵੀ ਉੱਤੇ, ਅਤੇ ਗਰਮ ਰੇਤਾ ਪਾਉਂਦੇ ਸੀ ਉੱਤੇ। ਅਤੇ ਆਪਣੇ ਫਿਰ ਵੀ ਗੁਰੂ ਜੀ ਝੁਕੇ ਨਹੀਂ ਸੀਗੇ, ਅਤੇ ਕਹਿੰਦੇ ਸੀ ਕਬੂਲ ਕਰੋ ਆਪਣਾ, ਹੈ ਨਾ, ਮੁਸਲਮਾਨਾਂ ਦਾ ਉਹ ਇਸਲਾਮ ਕਬੂਲ ਕਰੋ। ਅਤੇ ਉਹ ਉਹਨਾਂ ਨੇ ਕੀਤਾ ਨਹੀਂ, ਜਾਵਾਂ ਡੋਲੇ ਨਹੀਂ, ਜਾਵਾਂ ਡੋਲੇ ਨਹੀਂ। ਹੁਣ ਚੱਲਦੇ ਸ਼ਵੀਲ ਕੋਲ ਬਾਹਰ, ਅਤੇ ਹੁਣ ਜਾ ਕੇ ਦਿਖਾਉਂਦੇ ਫਿਰ ਸ਼ਵੀਲ, ਹੈ ਨਾ। ਅਤੇ ਅੱਜ ਸਭ ਤੋਂ ਜ਼ਿਆਦਾ ਗਰਮੀ ਵਾਲਾ ਦਿਨ ਸਭ ਤੋਂ ਜ਼ਿਆਦਾ ਅੱਜ ਹੁੰਦਾ। ਆਈ ਸ਼ਵੀਲ ਚੱਲੀ ਜਾਂਦੀ ਆਪਣੀ ਪਿੰਡ ਦੀ, ਅਤੇ ਕਾਹ ਆ ਗਿਆ ਕਹਿੰਦੇ ਗੋਲੇ ਦਾ ਮੁੰਡਾ, ਸ਼ਵੀਲ ਚੱਲੀ ਜਾਂਦੇ ਆ, ਜ਼ੋਰਾਂ ਸ਼ੋਰਾਂ ਸ਼ਵੀਲ ਆਪਣੀ, ਅਤੇ ਬਾਬਾ ਜੀ ਪਾਠ ਪੜ੍ਹੀ ਜਾਂਦੇ ਆ। ਅਤੇ ਆਹ ਵੇਖੋ ਆ ਗਏ, ਆਹ ਆ ਗਏ ਕਹਿੰਦੇ ਦੱਬ ਕੇ ਪੀਣਾ। ਅਤੇ ਆਹ ਵੇਖੋ ਪਵਨ ਵਰਗਾ ਬਾਈ, ਸਭ ਸੇਵਾ 'ਚ ਆਪਣੇ ਬਿਜ਼ੀ ਆ। ਗੋਲੂ ਵਰਗੇ ਸਾਰੇ ਲੱਗੇ ਹੋਏ ਆ ਵੀਰੇ। ਆਹ ਵੇਖੋ ਆਪਣੇ ਮਾਹੌਲ, ਇਹੋ ਜਿਹਾ ਪਿੰਡ ਦਾ ਮਾਹੌਲ ਦੇਖ ਲਓ। ਤੇ ਆਹ ਵੇਖੋ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਦੇ ਅੱਗੇ ਫੋਟੋ ਦਿਖਾਵਾਂਗੇ ਤੁਹਾਨੂੰ, ਬਾਏ ਹੁਣੀ ਸਭ ਲੱਗੇ ਹੋਏ ਆ, ਸਾਥੀ ਵੀਰੇ ਹੁਣੀ ਦੱਸੀਆਂ ਦੇ ਕੀ ਕਰਨਾ ਕਿਵੇਂ ਕਰਨਾ ਸਾਰਾ ਕੁਝ ਦੱਸੀ ਜਾਂਦੇ ਆ। ਅਤੇ ਇੱਧਰ ਆਹ ਚੱਲੀ ਜਾਂਦਾ, ਚਾਚੇ ਹੁਣੀ ਪੀ ਜਾਂਦੇ, ਚੱਲੀ ਜਾਂਦੇ ਆ ਕਹਿੰਦੇ ਦੱਬਦੇ ਕਹਿੰਦੇ, ਅਤੇ ਵਧੀਆ ਹੀ ਵਧੀਆ ਆ ਗਿਆ ਬਈ ਪਲੀਓਂ ਈਰੈਕਸ ਆ। ਅਤੇ ਹੁਣ ਦੇਖਿਓ ਸਾਥੀ ਹੁਣੀ ਕਰਦੇ ਨਹੀਂ ਸੇਵਾ, ਅਤੇ ਪੂਰਾ ਵੇਖੋ ਬਾਈ ਹੁਣੀ ਸਾਰੇ ਬੈਠੇ ਹੋਏ ਪਿੰਡ ਵਾਲੇ, ਅਤੇ ਚੱਲੀ ਜਾਂਦਾ ਸਾਰਾ ਕੁਝ, ਅਤੇ ਭੋਗ ਪੈਣ ਲੱਗਿਆ। ਇਹੋ ਜਿਹਾ ਕੰਮ ਪਤਾ ਕੀ ਆ, ਸਿਰਫ ਸਿਰਫ ਟੇਸਟ ਕਰਨਾ ਅਤੇ ਦੱਸਣਾ ਕਿਹੋ ਜਿਹਾ ਬਣਿਆ, ਘੈਂਟ ਆ ਰਿਵਿਊ ਦੱਸ ਕਿਹੋ ਜਿਹਾ। ਇਟ ਇਜ਼ ਗੋਰਜੀਅਸ, ਆਈ ਕਾਂਟ, ਆਈ ਡੋਂਟ ਹੈਵ ਵਰਡਸ ਫੋਰ ਇਟ। ਅਤੇ ਗੁਰਦ ਅਤੇ ਭੋਗ ਪੈਣ ਵਾਲਾ ਹੀ ਹੈ 10-15 ਮਿੰਟਾਂ ਬਾਅਦ, ਅਤੇ ਸਾਰਾ ਆਹ ਵੇਖੋ ਸਾਥੀ ਵੀਰੇ ਹੁਣੀ ਸਭ ਲੱਗੇ ਹੋਏ ਸੇਵਾ ਕਰਨ। ਅਤੇ ਆਹ ਬੱਚੇ ਆਈ ਜਾਂਦੇ ਆਪਣੇ ਪਿੰਡ ਦੇ, ਮਤਲਬ ਪਿੰਡ ਦੇ ਬੱਚੇ ਮਤਲਬ ਦੇਵ ਵਾਲਿਆਂ ਦੇ, ਅਤੇ ਖੰਡ ਪਾ ਕੇ ਘੋਲ ਦੋ, ਚਲੋ ਜੀ ਬਣ ਗਿਆ ਪਾਣੀ। ਖੰਡ ਵਾਲਾ ਹੋਵੇ, ਖੰਡ ਨਾ ਪਾਓ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਗੋਲੂ ਵਰਗੇ ਦੇਖੋ ਜੀ, ਸੇਵਾ ਪੂਰੀ ਡਟ ਗਏ ਉਧਰ, ਮਨ ਨਾਲ ਪੂਰੀ ਸੇਵਾ ਕਰ ਰਹੇ ਆ। ਤੇ ਗੁਰਦੁਆਰੇ ਸਾਹਿਬ ਦੀ ਸੇਵਾ, ਗੁਰਦੁਆਰੇ ਸਾਹਿਬ ਦੀ ਸੇਵਾ ਤੇ ਪੂਰੀ ਮਨ ਨਾਲ ਸਾਰਿਆਂ ਨੇ ਕਰ ਰਹੇ ਆ। ਅਤੇ ਉਹ ਬਾਈ ਵੀ ਬੈਠੇ ਸਭ ਉੱਥੇ, ਜੋੜ ਸਾਰਾ ਕੁਛ ਕਰੀ ਜਾਂਦੇ, ਮਤਲਬ ਹਿਸਾਬ ਹਿਸੂਬ ਖਾ ਦਿੰਦੇ ਕਿਵੇਂ ਮੰਨਦਾ ਵੇਖ ਲਓ ਵੀਰੇ, ਦੱਸਿਓ ਮਾੜਾ ਪ੍ਰੋਸੈਸ ਦੱਸਿਓ ਕਿੱਥੋਂ ਵੀਰੇ। ਇੱਕ ਬੈਡ ਲੂਣ ਦਾ ਪਾਇਆ, ਇਹ ਇਹ ਐਂ ਬਣਾਉਂਦਾ ਵੀਰੇ, ਅਤੇ ਆਏ ਵੀਰੇ ਮਾਰਤਾ, ਆਏ ਵੀਰੇ ਮਾਰਤਾ ਕਿੱਥੋਂ ਵੀਰੇ, ਮਾੜਾ ਪ੍ਰੋਸੈਸ ਦੱਸੋ ਕਿਵੇਂ ਮੰਨਦਾ। ਵਾਈਪਰੀ ਪਹੁੰਚਦੀ ਨੀ, ਮੈਂ ਦੱਸ ਦਿੰਦਾ ਆਹ ਖੰਡ ਨੀ ਖੋਈ, ਸਾਡੇ ਕੋਲ ਪਾਣੀ ਪਾਈ ਜਾਂਦੇ ਆ, ਬਰਫ ਵਿੱਚ ਪਾਈ ਹੋਈ, ਹੁਣ ਬਰਫ ਲੈ ਕੇ ਦਿੰਦੇ ਆਪਣੇ, ਆਹ ਖੰਡ ਖੋਈ ਜਾਂਦੇ ਨਾਲ। ਅਤੇ ਵੀਰੇ ਮੈਂ ਭਰਨਾ ਆ, ਇਹ ਭਰਨਾ ਇਹੋ ਜਿਹੇ, ਅਤੇ ਜਿਵੇਂ ਹੁਣ ਪਾ ਕੇ ਪਾਣੀ, ਫਿਰ ਖੰਡ ਪਾ ਕੇ, ਖੰਡ ਦਾ ਖੋਰੀ ਜਾਂਦੇ, ਖੰਡ ਇੱਥੇ ਪਾ ਦਿੰਦੇ ਆ,
ਰੂਹ ਅਫਜ਼ਾ ਇੱਥੇ ਕਿਤੇ ਪਏ ਹੋਣੇ ਆ, ਇੱਥੇ ਰੂਹ ਅਫਜ਼ਾ ਪਏ ਚੱਕ ਕੇ ਪਾ ਕੇ ਘੋਲ ਕੇ ਚੱਕੋ ਬਈ ਆਪਣਾ ਰੂਹ ਅਫਜ਼ਾ ਤਿਆਰ। ਅਤੇ ਬਾਬੇ ਦਾ ਭੋਗ ਲੱਗਿਆ ਹੁੰਦਾ ਅਤੇ ਬਾਬੇ ਦੇ ਗੁਰਦੁਆਰੇ ਸਾਹਿਬ ਦਾ ਭੋਗ ਲੱਗਿਆ ਹੁੰਦਾ, ਜਦੋਂ ਕੋਈ ਵੀ ਚੀਜ਼ ਦਾ ਭੋਗ ਲੱਗਿਆ ਹੁੰਦਾ ਉਦੋਂ ਦੁਗਣੀ ਚੀਜ਼ ਸਵਾਦ ਬਣ ਜਾਂਦੀ ਜੋ ਘਰ ਬਣਾਉਂਦੇ ਹਾਂ ਆਪਾਂ। ਅਤੇ ਆ ਵੇਖੋ ਪਿੰਡ ਦੁੱਧ ਆਈ ਜਾਂਦਾ ਘਰ ਗੁਰੂ ਬਾਬ ਦਾ ਪਈ ਜਾਂਦਾ। ਥੋੜ੍ਹਾ ਜਿਹਾ ਗੁਲਾਬ ਜਲ ਤੇ ਬਾਈ ਹੁਣ ਤੁਹਾਨੂੰ ਦਿਖਾਉਂਦੇ ਹਾਂ ਬਰਫ਼ ਚੁਕਾਉਂਦੇ, ਮਤਲਬ ਬਰਫ਼ ਆਪਾਂ ਤੂੜੀ 'ਚ ਰੱਖਦੇ ਹਾਂ। ਤੂੜੀ ਤਾਂ ਕਰਕੇ ਰੱਖਦੇ ਹਾਂ ਕਿਉਂਕਿ ਉਹ ਨਾ ਹੋ ਜਾਵੇ ਮੈਲਟ ਨਾ ਹੋ ਜਾਵੇ, ਮਤਲਬ ਪਿਘਲ ਨਾ ਜਾਵੇ, ਅਤੇ ਬਾਹਰ ਪਿਘਲ ਜਾਂਦੀ ਹੈ ਤੂੜੀ 'ਚ ਪਿਘਲਦੀ ਨਹੀਂ, ਇੱਕ ਬੋਰੀ 'ਚ ਪਾ ਕੇ ਰੱਖਦੇ ਹਾਂ ਕੋਈ ਵੀ ਰੱਖ ਦਈਏ। ਅਤੇ ਤੁਹਾਨੂੰ ਦਿਖਾਉਂਦੇ ਬਰਫ਼ ਲੈਣਾ ਅਤੇ ਆਪਣਾ ਆਹ ਪਈ ਆ ਲੈ ਜੀ ਆਹ ਪਈ ਹੈ ਬਰਫ਼ ਜਾਂਦੀ ਹੈ ਸੇਫ ਰਹੇ ਸੇਫ ਤਾਂ ਨਹੀਂ ਪਿਘਲੇ ਨਾ ਖੁਰ ਵੜੀ ਜਾਂਦੀ ਨਹੀਂ ਹੁੰਦੀ ਆ ਖਾਈ ਜਾਂਦਾ ਆਏ ਨਹੀਂ ਉਹਨੂੰ ਹੈਲਪ ਕਰਾ ਦੇ ਨਾਲ ਆ ਕੇ ਨੋਨ ਸੈਂਸ ਆਇਆ ਭਾਈ ਆਇਆ ਆਇਆ ਆ ਬਰਫ਼ ਉਠਾ ਅਤੇ ਬਰਫ਼ ਹੁਣ ਚੱਕ ਕੇ ਫਿਰ ਮਿਲਦੇ ਤੁਹਾਨੂੰ ਕੋਈ ਬਰਫ਼ ਤਿੰਨ ਤਿੰਨ ਜਣੇ ਆਉਂਦੇ ਲੈ ਕੇ ਚੱਲੀ ਜਾਂਦੇ ਹੋਏ ਵੀ ਸ਼ਬੀਲ ਭਾਈ ਹੁਣ ਆਪਾਂ ਟਰੈਕਟਰ 'ਤੇ ਜੀ ਚੱਲੇ ਹਾਂ ਬਾਂਸ ਛੱਡਣ ਮੰਦਰ 'ਤੇ, ਮੰਦਰ 'ਤੇ ਵੀ ਕੰਮ ਚੱਲੀ ਜਾਂਦਾ ਉੱਥੇ ਅਸੀਂ ਦਿਖਾਵਾਂਗੇ ਉਹ ਤੋਂ ਅੱਧ ਦਿਖਾਵਾਂਗੇ ਮਤਲਬ ਹੈ ਨਾ। ਅਤੇ ਆਪ ਗੁਰਦੁਆਰੇ ਦਾ ਗੁਰਦੁਆਰਾ ਸਾਹਿਬ ਦਾ ਵੀ ਬਲੌਗ ਰੱਖਦੇ ਆਪਾਂ ਚੱਲ ਆਪਣਾ ਗੁਰਦੁਆਰਾ ਹਾਂ ਅਤੇ ਆਹ ਸ਼ੈੱਡ ਪੈ ਰਿਹਾ ਨਵਾਂ ਅਤੇ ਉਸ ਵੀਲ ਚੱਲੀ ਜਾਂਦੀ ਅਤੇ ਬਾਈ ਚੰਗਾ ਫਿਰ ਮਿਲਦੇ ਹਾਂ ਅਗਲੇ ਵਲੋਗਸ 'ਤੇ। ਗਲਤੀ ਫਲਤੀ ਮਾਫ਼ ਕਰਿਓ ਯਾਰ, ਮੈਂ ਗੁਰਦੁਆਰੇ ਉੱਤੇ ਵਲੋਗ ਮਤਲਬ ਸ਼ਬੀਲ ਗੁਰਦੁਆਰੇ ਸ਼ਬੀਲ ਉੱਤੇ ਵਲੋਗ ਬਣਾਇਆ ਅਤੇ ਗਲਤੀ ਫਲਤੀ ਹੋ ਜਾਂਦੀ, ਮਤਲਬ ਉਲਟਾ ਜਿੱਦਾਂ ਬੋਲਿਆ ਜਾਂਦਾ ਕੁਛ ਵੀ ਯਾਰ ਹੈ ਨਾ, ਅਤੇ ਉਹ ਸਭ ਮਾਫ਼ ਕਰਿਓ ਯਾਰ। ਅਤੇ ਚੰਗਾ ਫਿਰ ਮਿਲਦੇ ਹਾਂ ਇੱਕ ਹੋਰ ਨਵੇਂ ਵਧੀਆ ਜਿਹੇ ਵਲੋਗ 'ਚ। ਅਤੇ ਚੰਗਾ ਫਿਰ ਸਬਸਕ੍ਰਾਈਬ ਕਮੈਂਟ ਯਾਰ ਸ਼ੇਅਰ ਸ਼ੂਅਰ ਕਰ ਦਿਓ ਯਾਰ ਬਾਈ ਯਾਰ ਹੈ ਨਾ। ਅਤੇ ਚੰਗਾ ਫਿਰ ਮਿਲਦੇ ਹਾਂ ਇੱਕ ਹੋਰ ਨਵੇਂ ਵਲੋਗ 'ਚ, ਚੰਗਾ ਜੀ।